ਅੱਗੇ ਪਿੱਛੇ ਉੱਪਰ ਹੱਲੇ ਤਸੱਜੇ ਖਬੇ ਤਿੰਨ ਡਾਈਮੈਂਸ਼ਨ ਆਪਾਂ ਤਿੰਨ ਡਾਈਮੈਂਸ਼ਨਾਂ 'ਚ ਰਹਿੰਦੇ ਆ ਆਇਨਸਟਾਈਨ ਤੋਂ ਪਹਿਲਾਂ ਆਪਾਂ ਇਹੀ ਸੋਚਦੇ ਆ ਤੇ ਫਿਰ ਆਇਨਸਟਾਈਨ ਆਇਆ ਕਹਿੰਦਾ ਕਿ ਨਹੀਂ ਤਿੰਨ ਡਾਈਮੈਂਸ਼ਨਾਂ ਨਹੀਂ ਆਪਾਂ ਚਾਰ ਡਾਈਮੈਂਸ਼ਨਾਂ 'ਚ ਰਹਿੰਦੇ ਆ ਟਾਈਮ ਨੂੰ ਆਪਾਂ ਕਾਊਂਟ ਨਹੀਂ ਕਰ ਰਹੇ ਟਾਈਮ ਚੌਥੀ ਡਾਈਮੈਂਸ਼ਨ ਜਿਹਦੇ ਵਿੱਚ ਆਪਾਂ ਫਸੇ ਹੋਏ ਆ ਆਪਾਂ ਹਮੇਸ਼ਾ ਅੱਗੇ ਹੀ ਮੂਵ ਕਰ ਰਹੇ ਆ ਤੇ ਮੈਂ ਸੋਚਦਾ ਕਿ ਜੇ ਤਿੰਨ ਡਾਈਮੈਂਸ਼ਨਾਂ 'ਚ ਆਪਣੀ ਮਾਸਟਰੀ ਹੈ ਆਪਾਂ ਮਰਜ਼ੀ ਨਾਲ ਉੱਠ ਬੈਠ ਸਕਦੇ ਹਾਂ ਅੱਗੇ ਪਿੱਛੇ ਜਾ ਸਕਦੇ ਹਾਂ ਸੱਜੇ ਖੱਬੇ ਜਾ ਸਕਦੇ ਹਾਂ ਫਿਰ ਚੌਥੀ ਡਾਈਮੈਂਸ਼ਨ 'ਚ ਆਪਣੀ ਮਾਸਟਰੀ ਕਿਉਂ ਨਹੀਂ ਇਸ ਟਾਈਮ ਇਹ ਮਾਸਟਰੀ ਇੰਪੋਸੀਬਲ ਲੱਗ ਰਹੀ ਹੈ ਕਿ ਸ਼ਾਇਦ ਟਾਈਮ ਨੂੰ ਇਹ ਟਾਈਮ 'ਚ ਅੱਗੇ ਪਿੱਛੇ ਆਪਾਂ ਨਹੀਂ ਜਾ ਸਕਦੇ 1920 ਦੇ ਵਿੱਚ ਨਿਊਯਾਰਕ ਟਾਈਮਸ ਨੇ ਇੱਕ ਆਰਟੀਕਲ ਛਾਪਿਆ ਇੱਕ ਸਟੇਟਮੈਂਟ ਦਿੱਤੀ ਕਿ ਸ਼ਾਇਦ ਰਾਕਟ ਪੋਸੀਬਲ ਨਹੀਂ ਸ਼ਾਇਦ ਅਪਾ ਧਰਤੀ ਦੁਬਾਰ ਕਦੇ ਨਹੀਂ ਜਾ ਪਾਵਾਂਗੇ ਕਿਉਂਕਿ ਗ੍ਰੈਵਿਟੀ ਬਹੁਤ ਜ਼ਿਆਦਾ ਹੈ ਧਰਤੀ ਦੀ ਤੇ ਐਦਾਂ ਦੀ ਚੀਜ਼ ਜਾਂ ਐਦਾਂ ਦੀ ਟੈਕਨੋਲੋਜੀ ਜਾਂ ਇੰਨੀ એનર્ਜੀ ਆਪਣੇ ਕੋ ਅਵੇਲੇਬਲ ਨਹੀਂ ਕਿ ਰਾਕਟ ਨੂੰ ਤਰਤੀ ਤੋਂ ਬਾਹਰ ਪੁਸ਼ ਕਰ ਪਾਈਏ 1920 ਤੋਂ ਬਾਅਦ ਹੁਣ 2021 ਹੈ ਤਰਤੀ ਤੋਂ ਬਾਹਰ ਤੇ ਆਪਾਂ ਗਏ ਹੀ ਆਪਾਂ ਚੰਨ ਤੇ ਵੀ ਪਹੁੰਚੇ ਮਾਰਸ ਤੇ ਵੀ ਮਸ਼ੀਨਾਂ ਛੱਡੀਆਂ ਤੇ ਪਲੂਟੋ ਜੋ ਬਿਲਕੁਲ ਐਜ ਦੇ ਸੋਲਰ ਸਿਸਟਮ ਦਾ ਉੱਥੇ ਵੀ ਆਪਾਂ ਮਸ਼ੀਨਾਂ ਛੱਡੀਆਂ ਤੇ ਪਹਿਲੀ ਫਲਾਈਟ 1903 ਦੇ ਵਿੱਚ ਜਦੋਂ ਆਪਾਂ ਪਹਿਲੀ ਉਡਾਨ ਭਰੀ ਉਸ ਤੋਂ ਪਹਿਲਾਂ بڑے ਜੀਨੀਅਸ ਲੋਕ ਸੀ ਜਿਨ੍ਹਾਂ ਨੇ ਇਹ ਚੀਜ਼ ਡਿਨਾਈ ਕੀਤੀ ਕਿ ਸ਼ਾਇਦ ਹਵਾ ਦੇ ਵਿੱਚ ਆਪਾਂ ਉਹ ਨਹੀਂ ਪਾਵਾਂਗੇ ਜਿਵੇਂ ਵਾਪਸ ਗੱਲ ਕਰਾਂ ਨਿਊਯਾਰਕ ਦੀ ਸਟੇਟਮੈਂਟ ਦੀ 100 ਸਾਲ ਦੇ ਅੰਦਰ ਅੰਦਰ ਆਪਾਂ ਬਹੁਤ ਚੀਜ਼ਾਂ ਅਚੀਵ ਕੀਤੀਆਂ ਹੁਣ ਜੈਫ ਬੇਜੋਸ ਇਲਾਨ ਮਸਕ ਰਿਚਰਡ ਬ੍ਰੌਂਸਨ ਇਹ ਸਪੇਸ ਟ੍ਰੈਵਲ ਨੂੰ ਆਮ ਲੋਕਾਂ ਵਾਸਤੇ ਖੋਲ ਰਏ ਨੇ जेफ बेजोस पीछे स्पेस द टूर भी लाके आया जो चीज अपने वास्ते इंपॉसिबल सी 100 साल दे अंदर अंदर आम लोकां वास्ते वो जल्दी ही खुल जाएगी बड़ी तगड़ी अचीवमेंट अपने वास्ते ਤੇ ਜਿਹੜੀ ਚੀਜ਼ ਨੂੰ ਵੀ ਆਪਾਂ ਇੰਪੋਸੀਬਲ ਮੰਨਿਆ ਉਹਨੂੰ ਆਪਾਂ ਕਰ ਦਿਖਾਇਆ ਹੁਣ ਟਾਈਮ ਟਰੈਵਲ ਤੇ ਆਈਏ ਇਸ ਟਾਈਮ ਟਾਈਮ ਟਰੈਵਲ ਬਹੁਤ ਜ਼ਿਆਦਾ ਇੰਪੋਸੀਬਲ ਲੱਗ ਰਿਹਾ ਲੱਗ ਰਿਹਾ ਆਇਨਸਟਾਈਨ ਦੱਸਿਆ ਕਿ ਟਾਈਮ ਨਾ ਇੱਕ ਪਲਾਸਟਿਕ ਦੀ ਤਰ੍ਹਾਂ ਆਪਾਂ ਇਹਨੂੰ ਕੰਟਰੋਲ ਤੇ ਨਹੀਂ ਬਟ ਇਹਨੂੰ ਆਪਾਂ ਸ਼ੇਪ ਜ਼ਰੂਰ ਦੇ ਸਕਦੇ ਆ ਇੱਕ ਟਾਈਮ ਹਰ ਬੰਦੇ ਤੇ ਲਾਗੂ ਨਹੀਂ ਹੁੰਦਾ ਯੂਨੀਵਰਸ ਦੇ ਵਿੱਚ ਸਿਰਫ ਇੱਕ ਟਾਈਮ ਨਹੀਂ ਚੱਲ ਰਿਹਾ ਹਰ ਜਗ੍ਹਾ ਤੇ ਈਵਨ ਧਰਤੀ ਤੇ ਟਾਈਮ ਅਲੱਗ ਅਲੱਗ ਰਫ਼ਤਾਰ ਨਾਲ ਚੱਲ ਰਿਹਾ ਤੇ ਬੰਦੇ ਵਾਸਤੇ ਹਰ ਇੱਕ ਬੰਦੇ ਵਾਸਤੇ ਟਾਈਮ ਅਲੱਗ ਅਲੱਗ ਹੈ ਡਿਪੈਂਡ ਕਰਦਾ ਕਿ ਬੰਦਾ ਤੇਜ਼ ਚੱਲ ਰਿਹਾ ਹੌਲੀ ਚੱਲ ਰਿਹਾ ਉਚਾਈ ਤੇ ਬੈਠਾ ਥੱਲੇ ਬੈਠਾ ਨਿੱਕੀਆਂ ਨਿੱਕੀਆਂ ਚੀਜ਼ਾਂ ਤੁਹਾਡਾ ਟਾਈਮ ਅਲਗ ਕਰਦੀਆਂ ਤੁਹਾਡੇ ਤੋਂ ਤੇ ਸਾਇੰਟਿਸਟਾਂ ਨੇ ਇਹ ਚੀਜ਼ ਕਿਦਾਂ ਪ੍ਰੂਫ ਕੀਤੀ ਉਹਨਾਂ ਨੇ ਦੋ ਐਟੋਮਿਕ ਕਲੌਕਸ ਲਈਆਂ ਐਟੋਮਿਕ ਕਲੌਕਸ ਨਾ ਬਹੁਤ ਜ਼ਿਆਦਾ ਪ੍ਰੈਸਾਈਜ਼ ਹੁੰਦੀਆਂ ਤੇ ਕਿਸੇ ਵੀ ਪ੍ਰੈਸ਼ਰ ਤੇ ਜਾਂ ਕਿਸੇ ਵੀ ਸਰਕਮਸਟੈਂਸ ਦੇ ਅੰਦਰ ਇਹਨਾਂ ਦਾ ਟਾਈਮ ਚੇਂਜ ਨਹੀਂ ਹੁੰਦਾ ਦੋ ਐਟੋਮਿਕ ਕਲੌਕਸ ਲਈਆਂ ਤੇ ਉਹਨਾਂ ਨੂੰ ਇੱਕ ਨੂੰ ਧਰਤੀ ਦੇ ਉੱਤੇ ਰੱਖਿਆ ਇੱਕ ਨੂੰ ਪਲੇਨ ਦੇ ਉੱਤੇ ਰੱਖਿਆ ਤੇ ਪਲੇਨ ਨੇ ਧਰਤੀ ਦੇ ਗੇੜੇ ਮਾਰੇ ਤੇ ਜਦੋਂ ਪਲੇਨ ਵਾਪਸ ਆਇਆ ਧਰਤੀ ਦੇ ਉੱਤੇ ਪਲੇਨ ਵਾਲੀ ਕਲੌਕ ਦਾ ਟਾਈਮ ਥੋੜਾ ਜਿਹਾ ਪਿੱਛੇ ਸੀ ਬਟ ਐਕਚੁਅਲੀ ਜੇ ਉਹਦਾ ਟਾਈਮ ਪਿੱਛੇ ਹੋਇਆ ਇਹਦਾ ਮਤਲਬ ਹੈ ਕਿ ਪਲੇਨ ਦੇ ਉੱਤੇ ਟਾਈਮ ਸਲੋ ਚੱਲ ਰਿਹਾ ਸੀ ਤੇ ਸਾਇੰਸ ਵੀ ਆਪਾਂ ਨੂੰ ਇਹੀ ਕਹਿੰਦੀ ਹੈ ਕਿ ਜਿੰਨੀ ਰਫ਼ਤਾਰ ਤੁਹਾਡੀ ਜ਼ਿਆਦੀ ਹੋਏਗੀ ਟਾਈਮ ਤੁਹਾਡੇ ਵਾਸਤੇ ਓਨਾ ਹੀ ਸਲੋ ਚੱਲੇਗਾ ਤੇ ਹੁਣ ਟਰੈਵਲ ਦੀ ਮੈਂ ਗੱਲ ਕਰਾਂਗੇ ਕਿ ਫਿਊਚਰ ਤੇ ਜਾਣਾ ਪੋਸੀਬਲ ਹੈ ਪੁਰਾਣੇ ਟਾਈਮ 'ਚ ਨਾ ਸਾਧੂ ਸੰਤ ਹੁੰਦੇ ਸੀ ਜੋ ਅੱਖਾਂ ਬੰਦ ਕਰਕੇ ਪ੍ਰੇਡਿਕਟ ਕਰਦੇ ਸੀ ਪ੍ਰੇਡਿਕਟ ਨਹੀਂ ਉਹ ਫਿਊਚਰ ਤੇ ਜਾ ਕੇ ਦੇਖਦੇ ਸੀ ਕਿ ਕਿਹੜੇ ਬਾਲਕ ਨੇ ਕਿਹੜੇ ਸ਼ੂਰਵੀਰ ਨੇ ਕਦੋਂ ਹੋਣਾ ਉਹ ਜੰਤਾਂ ਦਹਾਤੇ ਸੀ ਫਿਜ਼ੀਕਲੀ ਤੇ ਉਹਨਾਂ ਨੇ ਟਾਈਮ ਟਰੈਵਲ ਨਹੀਂ ਕੀਤਾ ਬਟ ਮੈਂਟਲੀ ਉਹ ਟਾਈਮ ਦੇ ਵਿੱਚ ਅੱਗੇ ਪਿੱਛੇ ਜਾ ਸਕਦੇ ਸੀ ਬਟ ਸਾਇੰਸ ਹੁਣ ਦੱਸਦੀ ਹੈ ਕਿ ਫਿਊਚਰ 'ਚ ਜਾਣਾ ਆਪਣੇ ਵਾਸਤੇ ਪੋਸੀਬਲ ਹੈ ਥਿਊਰੈਟਿਕਲੀ ਫਿਲਹਾਲ ਆਪਣੇ ਕੋਲ ਟੈਕਨੋਲੋਜੀ ਉਹ ਚੀਜ਼ ਨਹੀਂ ਕਿ ਆਪਾਂ ਜਾ ਸਕੀਏ ਪਹਿਲਾ ਤਰੀਕਾ ਹੈ ਗ੍ਰੈਵਿਟੀ ਜੇ ਤੁਸੀਂ ਇੰਟਰਸਟੈਲਰ ਮੂਵੀ ਦੇਖੀ ਹੋਵੇ ਉਹ 'ਚ ਇੱਕ ਸੀਨ ਬੜਾ ਪ੍ਰੈਸਾਈਜ਼ ਤੇ ਉਹ ਆਮ ਮੂਵੀ ਵਰਗਾ ਸੀਨ ਨਹੀਂ ਹੈ ਉਹਦੇ ਪਿੱਛੇ ਬਹੁਤ ਸਾਇੰਟਿਸਟ ਨੇ ਕੈਲਕੂਲੇਸ਼ਨ ਕੀਤੀ ਕਿ ਇਹ ਤੇ ਸਾਇੰਟੀਫਿਕਲੀ ਬੜਾ ਐਕਿਊਰੇਟ ਸੀ ਇਹ ਹੁਸੈਨ ਚ ਕੀ ਹੁੰਦਾ ਕਿ ਧਰਤੀ ਦੇ ਕੁਝ ਲੋਗ ਦੂਜੇ ਪਲੈਨੈਟ ਤੇ ਜਾਂਦੇ ਨੇ ਤੇ ਉਹ ਪਲੈਨੈਟ ਦੀ ਗ੍ਰੈਵਿਟੀ 130% ਧਰਤੀ ਦੀ ਗ੍ਰੈਵਿਟੀ ਨਾਲੋਂ ਜ਼ਿਆਦਾ ਹੁੰਦੀ ਹੈ ਤੇ ਜਦੋਂ ਉੱਥੇ ਪਹੁੰਚਦੇ ਨੇ ਉਹ ਪਲੈਨੈਟ ਦੇ ਉੱਤੇ ਉਹ ਇੱਕ ਘੰਟਾ ਸਪੈਂਡ ਕਰਦੇ ਨੇ ਤੇ ਜਦੋਂ ਪਲੈਨੈਟ ਤੋਂ ਬਾਹਰ ਨਿਕਲਦੇ ਨੇ ਤੇ 22 ਸਾਲ ਪਲੈਨੈਟ ਤੋਂ ਬਾਹਰ ਬੀਤ ਗਏ ਹੁੰਦੇ ਨੇ ਤੇ ਜਿੰਨੀ ਜ਼ਿਆਦਾ ਗ੍ਰੈਵਿਟੀ ਹੋਏਗੀ ਟਾਈਮ ਉਹ ਨਹੀਂ ਸলো ਤੁਹਾਡੇ ਵਾਸਤੇ ਹੋਏਗਾ ਤੇ ਦੂਜਾ ਨੰਬਰ ਕਿਦਾਂ ਟਾਈਮ ਟਰੈਵਲ ਕਰ ਸਕਦੇ ਆ ਕਿ ਲਾਈਟ ਦੀ ਸਪੀਡ ਲਗਭਗ 3 ਲੱਖ ਕਿਲੋਮੀਟਰ ਪਰ ਸੈਕਿੰਡ ਹੈ ਸਾਇੰਸ ਕਹਿੰਦੀ ਹੈ ਕਿ ਜੇ ਤੁਸੀਂ ਇਹ ਸਪੀਡ ਨੂੰ ਅਚੀਵ ਕਰ ਲਓ ਜੇ ਤੁਸੀਂ ਟਰੈਵਲ ਕਰ ਰਹੇ ਹੋ ਇਹ ਸਪੀਡ ਦੇ ਉੱਤੇ ਕਿਉਂਕਿ ਯੂਨੀਵਰਸ ਦੇ ਵਿੱਚ ਇਹ ਸਪੀਡ ਤੋਂ ਜ਼ਿਆਦਾ ਕੋਈ ਵੀ ਸਪੀਡ ਨਹੀਂ ਜੇ ਤੁਸੀਂ ਇਹ ਸਪੀਡ ਦੇ ਉੱਤੇ ਆਪਣਾ ਪਲੇਨ ਚਲਾਓ ਆਪਣਾ ਜਹਾਜ਼ ਚਲਾਓ ਟਾਈਮ ਤੁਹਾਡੇ ਵਾਸਤੇ ਰੁਕ ਜਾਏਗਾ ਹੁਣ ਇੱਕ ਬੜੀ ਸੋਹਣੀ ਐਗਜ਼ਾਮਪਲ ਸਾਇੰਸ ਨੇ ਦਿੱਤੀ ਕਿ ਸੋਚੋ ਤੁਸੀਂ ਆਪਣੇ ਜਹਾਜ਼ 'ਚ ਬੈਠੇ ਹੋ ਧਰਤੀ ਤੋਂ ਬਾਹਰ ਗਏ ਹੋ ਜਹਾਜ਼ ਦੀ ਸਪੀਡ ਲਾਈਟ ਦੀ ਸਪੀਡ ਤੋਂ ਥੋੜੀ ਜਿਹੀ ਘੱਟ ਹੈ ਬਟ ਇਸ ਰਫ਼ਤਾਰ ਨਾਲ ਤੁਸੀਂ ਘੁੰਮ ਫਿਰ ਰਹੇ ਹੋ ਤੇ 10 ਸਾਲ ਤੁਸੀਂ ਧਰਤੀ ਤੋਂ ਬਾਹਰ ਸਪੈਂਡ ਕੀਤੇ ਹੁਣ 10 ਸਾਲਾਂ ਬਾਅਦ ਤੁਸੀਂ ਧਰਤੀ 'ਤੇ ਵਾਪਸ ਆਉਂਦੇ ਹੋ ਤੇ ਧਰਤੀ 'ਤੇ 7 ਤੋਂ 8000 ਸਾਲ ਬੀਤ ਗਏ ਹੋਣਗੇ ਤੇ ਥਿਊਰੀਟਿਕਲੀ ਯੈਸ ਫਿਊਚਰ 'ਤੇ ਜਾਣਾ ਪੋਸੀਬਲ ਹੈ ਬਟ ਫਿਊਚਰ 'ਤੇ ਜਾ ਕੇ ਵਾਪਸ ਪਾਸਟ 'ਚ ਆਉਣਾ ਬੜਾ ਕੰਪਲੀਕੇਟਿਡ ਹੋ ਜਾਂਦਾ ਕਿਉਂਕਿ ਫਿਊਚਰ ਜਾਣਾ ਸਿਰਫ ਇੱਕ ਵਨ ਵੇ ਟ੍ਰਿਪ ਹੈ ਹਜੇ ਆਪਾਂ ਫਿਗਰ ਆਊਟ ਨਹੀਂ ਕਰ ਪਾਏ ਇਵਨ ਥਿਊਰੀਟੀਕਲੀ ਕਿ ਆਪਾਂ ਪਾਸਟ ਜਾ ਪਾਵਾਂਗੇ ਜਾਂ ਨਹੀਂ ਜਾ ਪਾਵਾਂਗੇ ਬਹੁਤ ਜ਼ਿਆਦਾ ਕੰਪਲੀਕੇਟਿਡ ਬਹੁਤ ਜ਼ਿਆਦਾ ਸਪੈਸਿਫਿਕ ਕੰਡੀਸ਼ਨਸ ਚਾਹੀਦੀਆਂ ਹੋਣਗੀਆਂ ਪਾਸਟ ਜਾਣ ਵਾਸਤੇ ਤੇ ਜੇ ਮੇਰੇ ਕੋਲ ਟਾਈਮ ਮਸ਼ੀਨ ਆਵੇ ਨਾ ਤੇ ਸ਼ਾਇਦ ਮੈਂ ਪ੍ਰਿਫਰ ਕਰਾਂਗਾ ਪਾਸਟ ਜਾਣਾ ਕਿਉਂਕਿ ਫਿਊਚਰ ਆਪਾਂ ਲਗਭਗ ਪ੍ਰੇਡਿਕਟ ਕਰ ਸਕਦੇ ਹਾਂ ਕਿਦਾਂ ਦੀ ਟੈਕਨੋਲੋਜੀ ਆਏਗੀ ਜਾਂ ਨਹੀਂ ਆਏਗੀ ਵਗੈਰਾ ਵਗੈਰਾ ਬਟ ਪਾਸ 'ਚ ਇੰਨੀਆਂ ਜ਼ਿਆਦਾ ਆਊਸਮ ਇਵੈਂਟਸ ਹੋਈਆਂ ਨੇ ਜਾਂ ਇੰਨੇ ਵਧੀਆ ਲੋਕ ਹੋਏ ਨੇ ਜਾਂ ਮਾੜੇ ਲੋਕ ਹੋਏ ਨੇ ਮੈਂ ਦੇਖਣਾ ਜ਼ਰੂਰ ਚਾਹਾਂਗਾ ਮੈਂ ਮਿਲਣਾ ਉਹਨਾਂ ਨੂੰ ਜ਼ਰੂਰ ਚਾਹਾਂਗਾ ਕਿ ਹਿਸਟਰੀ ਜਦੋਂ ਵੀ ਦੱਸੀ ਜਾਂਦੀ ਹੈ ਨਾ ਬੜੀ ਡਿਸਟੋਰਟ ਕਰਕੇ ਬੜੀ ਮਸਾਲੇ ਲਾ ਕੇ ਦੱਸੀ ਜਾਂਦੀ ਹੈ ਉੱਤਰਮਾ ਦੇ ਵਿੱਚ ਇੰਨੀਆਂ ਸਾਖੀਆਂ ਨੇ ਨਾ ਬਹੁਤ ਜ਼ਿਆਦਾ ਮਸਾਲੇ ਲਾ ਕੇ ਦੱਸੀਆਂ ਜਾਂਦੀਆਂ ਤੇ ਮੇਰੇ ਕੋਲ ਜੇ ਚਾਂਸ ਹੋਵੇ ਪਾਸ ਜਾਣ ਦਾ ਤਾਂ ਮੈਂ ਬਿਲਕੁਲ ਜਾਵਾਂਗਾ ਤੇ ਮੈਂ ਇਹਨੂੰ ਕਿੱਦਾਂ ਦੇਖਦਾ ਪਹਿਲੀ ਗੱਲ ਸਾਇੰਟੀਫਿਕਲੀ ਬਹੁਤ ਕੰਪਲਿਕੇਟਿਡ ਹੈ ਜੇ ਮੈਂ ਆਪਣੇ ਤਰੀਕੇ ਨਾਲ ਇਹਨੂੰ ਦੇਖਾਂ ਜਦੋਂ ਤੁਸੀਂ ਵੀਡੀਓ ਨੂੰ ਰਿਕਾਰਡ ਕਰਦੇ ਹੋ ਫੋਨ ਦੇ ਵਿੱਚ ਤੇ ਭਾਵੇਂ 2 ਸਾਲ ਬਾਅਦ 3 ਸਾਲ ਬਾਅਦ 4 ਸਾਲ ਬਾਅਦ ਉਹਨੂੰ ਦੇਖੋ ਐਗਜ਼ੈਕਟਲੀ ਫੋਨ ਦੇ ਵਿੱਚ ਉਹ ਉਦਾਂ ਹੀ ਹੁੰਦੀ ਹੈ ਤੇ ਇਹਨੂੰ ਮੈਂ ਟਾਈਮ ਟਰੈਵਲ ਵਾਂਗ ਦੇਖਦਾ ਕਿ ਤੁਸੀਂ ਬੈਕ ਇਨ ਟਾਈਮ ਦੇਖ ਰਹੇ ਹੋ ਸਿਲੀ ਐਗਜ਼ਾਮਪਲ ਐਗਜ਼ਾਮਪਲ ਨੰਬਰ 1 ਐਗਜ਼ਾਮਪਲ ਨੰਬਰ 2 ਤਾਰਿਆਂ ਦੇ ਵਿੱਚ ਦੇਖਣਾ ਤਾਰਿਆਂ ਦੇ ਉੱਤੇ ਦੇਖਣਾ ਹੁਣ ਆਪਣੇ ਤਾਰਿਆਂ ਦੀ ਫਾਰਮੇਸ਼ਨ ਮੰਜੀ ਇੱਕ ਚੀਜ਼ ਨੂੰ ਆਪਾਂ ਕਹਿੰਦੇ ਆ ਮੰਜੀ ਉਹਦੇ ਵਿੱਚ ਤਿੰਨ ਤਾਰੇ ਨੇ ਵਿਚਕਾਰ ਉਹ ਆਪਣੇ ਤੋਂ 1400 ਲਾਈਟイヤਸ ਦੂਰ ਨੇ ਇਹਦਾ ਕੀ ਮਤਲਬ ਹੈ ਲਾਈਟ ਨੂੰ ਇੱਥੇ ਪਹੁੰਚਦੇ ਪਹੁੰਚਦੇ 1400 ਸਾਲ ਲੱਗ ਜਾਂਦੇ ਨੇ ਤੇ ਜਿਹੜੀ ਤਾਰਿਆਂ ਦੀ ਲਾਈਟ ਅੱਜ ਆਪਾਂ ਦੇਖ ਰਹੇ ਹਾਂ ਉਹ 1400 ਸਾਲ ਪਹਿਲਾਂ ਛੱਡੀ ਗਈ ਸੀ ਤੇ ਜੇ ਅੱਜ ਮੰਜੀ ਦਾ ਪਟਾਕਾ ਪੈ ਜਾਵੇ ਉਹ ਤਾਰਿਆਂ ਦੀ ਫਾਰਮੇਸ਼ਨ ਦਾ ਪਟਾਕਾ ਪੈ ਜਾਵੇ ਤੇ 1400 ਸਾਲ ਬਾਅਦ ਆਪਾਂ ਨੂੰ ਉਹ ਪਟਾਕਾ ਦਿਖੇਗਾ ਇਹ ਵੀ ਕਿ ਮ ਕਮਾਂਕ ਪਾਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਜੋ ਤਾਰਿਆਂ ਦੀ ਲਾਈਟ ਹੈ ਭੂਤ ਕਾਲ ਦੇ ਵਿੱਚੋਂ ਆਪਣੇ ਕੋਲ ਪਹੁੰਚ ਰਹੀ ਹੈ ਹੁਣ ਜੇ ਆਪਾਂ ਨੂੰ ਉੱਥੇ ਟਰੈਵਲ ਕਰਨਾ ਪਵੇ ਮਾੜਾ ਜਿਹਾ ਮੈਂ ਆਫ ਟੌਪਿਕ ਜਾਵਾਂ ਜੇ ਆਪਾਂ ਨੂੰ ਤਾਰਿਆਂ ਤੇ ਜਾਂ ਮੰਜੀ ਦੇ ਉੱਤੇ ਜਾਣਾ ਪਵੇ ਆਪਾਂ ਨੂੰ 1400 ਸਾਲ ਲਾਈਟ ਦੀ ਸਪੀਡ ਦੇ ਉੱਤੇ ਟਰੈਵਲ ਕਰਨਾ ਪਵੇਗਾ ਤੇ ਸਾਇੰਸ ਦੇ ਵਿੱਚ ਇੱਕ ਹੋਰ ਕਨਸੈਪਟ ਹੈ ਇਹ ਮੈਂ ਟੌਪਿਕ ਕਿਉਂ ਮੈਂਸ਼ਨ ਕਰ ਰਿਹਾ ਕਿਉਂਕਿ ਬਾਬੇ ਨਾਨਕ ਦੀ ਨਾ ਇੱਕ ਇਨਸੀਡੈਂਟ ਹੈ ਜਾਂ ਸਾਖੀ ਹੈ ਇਹਦੇ ਵਿੱਚ ਮੈਨੂੰ ਲੱਗਾ ਕਿ ਬਾਬੇ ਨਾਨਕ ਨੇ ਟਾਈਮ ਟ੍ਰੈਵਲ ਕੀਤਾ ਉਹ ਮੈਂ ਮੈਂਸ਼ਨ ਕਰਾਂਗਾ ਪਹਿਲੋਂ ਮੈਂ ਇੱਕ ਕਨਸੈਪਟ ਮੈਂਸ਼ਨ ਕਰਾਂ ਇਹ ਪ੍ਰੈਮਿਸ ਸੈੱਟ ਕਰਾਂ ਇੱਕ ਕਿ ਸਾਇੰਸ ਦੇ ਵਿੱਚ ਇੱਕ ਕਨਸੈਪਟ ਹੈ ਕਿ ਇੰਨੀ ਦੂਰ ਜੇ ਤੁਸੀਂ ਜਾਣਾ ਹੈ ਤੁਹਾਡੀ ਲਾਈਫ ਇੰਨੀ ਲੰਬੀ ਨਹੀਂ ਕਿ ਤੁਸੀਂ ਉੱਥੇ ਜਾ ਪਾਓ ਉਹਨੇ ਟਾਈਮ ਦੇ ਵਿੱਚ ਸਾਇੰਸ ਕੀ ਕਹਿੰਦੀ ਹੈ ਕਿ ਸਪੇਸ ਨੂੰ ਤੁਸੀਂ ਬੈਂਡ ਕਰ ਸਕਦੇ ਹੋ ਸੋਚੋ ਦੋ ਪੁਆਇੰਟਸ ਨੇ ਉੱਥੇ ਪਹੁੰਚਦੇ ਪਹੁੰਚਣ ਦੇ 1400 ਸਾਲ ਲੱਗਣਗੇ ਸਾਇੰਸ ਕਹਿੰਦੀ ਹੈ ਕਿ ਜੇ ਆਪਾਂ ਸਪੇਸ ਨੂੰ ਬੈਂਡ ਕਰ ਦਈਏ ਉਹਨਾਂ ਵਿੱਚ ਇੱਕ ਵਾਰਮ ਹੋਲ ਕ੍ਰੀਏਟ ਕਰ ਦਈਏ ਜਿਹੜੇ ਸਫਰ ਵਿੱਚ ਆਪਾਂ ਨੂੰ ਸਾਲੋ ਸਾਲ ਲੱਗਣਗੇ ਸ਼ਾਇਦ 2 ਜਾਂ 3 ਮਿੰਟ ਦੇ ਵਿੱਚ ਆਪਾਂ ਉੱਥੇ ਟ੍ਰੈਵਲ ਕਰ ਪਾਈਏ ਬਟ ਉਹ ਹੌਲੀ-ਹੌਲੀ ਸਪੇਸ ਨੂੰ ਬੈਂਡ ਕਰਨਾ ਹੌਲੀ-ਹੌਲੀ ਆਪਣੇ ਕੋ ਆਏਗਾ ਓਕੇ ਇਹ ਪ੍ਰੀਮਿਸ ਨੂੰ ਜਾਂ ਥਿਊਰੀ ਨੂੰ ਮੜਾਇਆ ਸਾਈਡ ਤੇ ਰੱਖੀਏ ਫਿਰ ਵਾਪਸ ਆਈਏ ਆਪਾਂ ਟਾਈਮ ਮਸ਼ੀਨ ਵਾਲਾ ਜੇ ਪਾਸ ਦੇ ਵਿੱਚ ਆਪਾਂ ਜਾਈਏ ਇੱਕ ਚੀਜ਼ ਹੁੰਦੀ ਹੈ ਗ੍ਰੈਂਡਫਾਦਰ ਪੈਰਾਡੌਕਸ ਇਹ ਪੈਰਾਡੌਕਸ ਕਹਿੰਦਾ ਕਿ ਫੋਰ ਐਗਜ਼ਾਮਪਲ ਮੈਂ ਟਾਈਮ ਮਸ਼ੀਨ ਇਜਾਦ ਕੀਤੀ ਮੇਰੀ ਦਾਦੇ ਨਾਲ ਬੜੀ ਲੱਗਦੀ ਸੀ ਬਟ ਐਕਚੁਅਲੀ ਮੈਂ ਆਪਣੇ ਦਾਦਾ ਜੀ ਨੂੰ ਬਹੁਤ ਪਿਆਰ ਕਰਦਾ ਬਟ ਜਸਟ ਇਨ ਕੇਸ ਅਜ਼ਿਊਮ ਕਿ ਮੇਰੀ ਨਾਲ ਦਾਦੇ ਨਾਲ ਬੜੀ ਲੱਗਦੀ ਸੀ ਮੈਨੂੰ ਪਸੰਦ ਨਹੀਂ ਆਪਣਾ ਦਾਦਾ ਮੈਂ ਪਾਸ ਦੇ ਵਿੱਚ ਗਿਆ ਪੂਤਕਾਲ ਦੇ ਵਿੱਚ ਗਿਆ ਤੇ ਦਾਦੇ ਨੂੰ ਮੈਂ ਖਤਮ ਕਰਤਾ ਦਾਦਾ ਨਹੀਂ ਪਿਓ ਨਹੀਂ ਤੇ ਫਿਰ ਮੈਂ ਵੀ ਨਹੀਂ ਮੈਨਿੰਦੇ ਫਿਰ ਟਾਈਮ ਮਸ਼ੀਨ ਨਹੀਂ ਤੇ ਹਰੇ ਜੋ ਪੂਰਾ ਪ੍ਰੋਸੈਸ ਸੀ ਓਰੀਡੈਂਡੈਂਟ ਹੋ ਜਾਏਗਾ ਉਹ ਐਗਜ਼ਿਸਟ ਹੀ ਨਹੀਂ ਕਰੇਗਾ ਟਾਈਮ ਮਸ਼ੀਨ ਵੀ ਕਾਇਮ ਰਾਈਟ ਹੁਣ ਕੁਝ ਲੋਕ ਕਹਿ ਸਕਦੇ ਨੇ ਕਿ ਯਾਰ ਦਾਦਿਆਂ ਤੋਂ ਮਾਰਨ ਜ਼ਰੂਰ ਜਾਣਾ ਹੈ ਹੁਣ ਇਹ ਐਨੈਲਜੀ ਦਾ ਮਤਲਬ ਕੀ ਹੈ ਐਗਜ਼ਾਮਪਲ ਦਾ ਮਤਲਬ ਕੀ ਹੈ ਕਿ ਪਾਸ ਦੇ ਵਿੱਚ ਤੁਸੀਂ ਕੁਝ ਵੀ ਕਰੋਗੇ ਕੁਝ ਵੀ ਹਲਚਲ ਕਰੋਗੇ ਉਹਦਾ ਇੰਪੈਕਟ ਫਿਊਚਰ ਦੇ ਵਿੱਚ ਜ਼ਰੂਰ ਪਏਗਾ ਹੁਣ ਸੋਚੋ ਪਾਰਟੀਸ਼ਨ ਇੰਡੀਆ ਦੀ ਤੇ ਪਾਕਿਸਤਾਨ ਦੀ ਹੋਈ ਮੈਨੂੰ ਨਹੀਂ ਪਸੰਦ ਮੈਂ ਚਾਹੁੰਦਾ ਵਾਂ ਕਿ ਇਹਨੂੰ ਮੈਂ ਅੰਡੂ ਕਰ ਦਵਾਂ ਚਲੋ ਮੈਂ ਟਾਈਮ ਮਸ਼ੀਨ ਬਣਾਈ ਮੈਂ ਪਿੱਛੇ ਗਿਆ ਮੈਂ ਇਦਾਂ ਦੇ ਸਰਕਮਸਟਾਂਸਸ ਕ੍ਰੀਏਟ ਕੀਤੇ ਕਿ ਪਾਰਟੀਸ਼ਨ ਨਹੀਂ ਹੋਈ ਇੰਡੀਆ ਤੇ ਪਾਕਿਸਤਾਨ ਨਹੀਂ ਬਣਿਆ ਬਟ ਹੁਣ ਜਿਹੜੀ ਮੇਰੀ ਐਕਚੁਅਲ ਫੈਮਿਲੀ ਨੇ ਮੇਰੇ ਫਾਦਰ ਸਾਹਿਬ ਵਾਲੀ ਸਾਈਡ ਉਹ ਪਾਕਿਸਤਾਨ ਤੋਂ ਹੈ ਉੱਥੋਂ ਮੂਵ ਹੋਏ ਤੇ ਮੇਰੀ ਮਮ ਵਾਲੀ ਸਾਈਡ ਉਹ ਵਸਨੀਕ ਹੀ ਨੇ ਤੇ ਜੇ ਪਾਰਟੀਸ਼ਨ ਹੋਇਆ ਹੀ ਨਹੀਂ ਉਹ ਉੱਥੋਂ ਮੂਵ ਹੋਣ ਗਈ ਨਹੀਂ ਮੇਰੇ ਪਾਕਿਸਤਾਨ ਵਾਲੀ ਸਾਈਡ ਵਾਲੀ ਫੈਮਿਲੀ ਉੱਥੋਂ ਮੂਵ ਹੋਏ ਹੀ ਨਹੀਂ ਤੇ ਦੋਆ ਦਾ ਮਿਲਨ ਹੋਇਆ ਹੀ ਨਹੀਂ ਤੇ ਮੈਂ ਵੀ ਨਹੀਂ ਹੋਇਆ ਤੇ ਟਾਈਮ ਮਸ਼ੀਨ ਵੀ ਨਹੀਂ ਹੋਈ ਮਤਲਬ ਕੋਈ ਮੈਂ ਐਕਸ਼ਨ ਲਵਾ ਉਹਦਾ ਰਿਐਕਸ਼ਨ ਪ੍ਰੈਜ਼ੈਂਟ ਦੇ ਵਿੱਚ ਜਾਂ ਫਿਊਚਰ ਦੇ ਵਿੱਚ ਜ਼ਰੂਰ ਪਾਏਗਾ ਤੇ ਇਸ ਲਈ ਇਹ ਪੈਰਾਡੌਕਸ ਹੈ ਕਿ ਜੇ ਤੁਸੀਂ ਪਾਸ ਦੇ ਵਿੱਚ ਜਾਂਦੇ ਵੀ ਹੋ ਤੇ ਤੁਸੀਂ ਕੁਝ ਟੱਚ ਨਹੀਂ ਕਰ ਸਕਦੇ ਜਾਂ ਕੁਝ ਵੀ ਚੇਂਜ ਨਹੀਂ ਕਰ ਸਕਦੇ ਹੁਣ ਇਹਨੂੰ ਵੀ ਮੈਂ ਮਾੜਾ ਸਾਈਡ ਤੇ ਰੱਖਾਂ ਹੁਣ ਮੈਂ ਆਵਾਂ ਬਾਬੇ ਨਾਨਕ ਦੀ 사કી ਦੇ ਉੱਤੇ ਜਿੱਥੇ ਮੈਨੂੰ ਲੱਗਾ ਕਿ ਟਾਈਮ ਟਰੈਵਲ ਹੋਇਆ ਬਾਬਾ ਨਾਨਕ ਇੱਕ ਜੀਨੀਅਸ ਜੋ ਇੱਕ ਆਮ ਇਨਸਾਨ ਨਹੀਂ ਉਬੀਨ ਜਿੱਦਾਂ ਮੈਂ ਕਿਹਾ ਕਿ ਜਿਹੜਾ ਆਮ ਇਨਸਾਨ ਹੈ ਉਹ ਚਾਰ ਡਾਈਮੈਂਸ਼ਨਾਂ ਦੇ ਵਿੱਚ ਰਹਿੰਦਾ ਜਿਦੇ ਵਿੱਚ ਤਿੰਨ ਡਾਈਮੈਂਸ਼ਨਾਂ ਤੇ ਆਪਣਾ ਕੰਟਰੋਲ ਹੈ ਬਟ ਟਾਈਮ ਦੇ ਉੱਤੇ ਆਪਣਾ ਫਿਲਹਾਲ ਕੰਟਰੋਲ ਨਹੀਂ ਸਾਇੰਸ ਕਹਿੰਦੀ ਹੈ ਕਿ ਲਗਭਗ 11 ਡਾਈਮੈਂਸ਼ਨਸ ਨੇ ਪੂਰੀ ਯੂਨੀਵਰਸ ਦੇ ਵਿੱਚ ਤੇ ਜੇ 11 ਡਾਈਮੈਂਸ਼ਨ ਦੀ ਐਕਸੈਸ ਹੋਵੇ ਤਾਂ ਬਹੁਤ ਜ਼ਿਆਦਾ ਪਾਵਰਸ ਸ਼ਾਇਦ ਆਪਣੇ ਚ ਹੋਣਗੀਆਂ ਬਾਬੇ ਨਾਨਕ ਵਰਗਾ ਬੀਨ ਤੇ ਬਾਬਾ ਨਾਨਕ ਬੀਨ ਅ ਜੀਨੀਅਸ ਹੋ ਸਕਦਾ ਹੈ ਕਿ ਉਹਨਾਂ ਕੋਲ ਬਹੁਤ ਜ਼ਿਆਦਾ ਡਾਈਮੈਂਸ਼ਨ ਦੀ ਐਕਸੈਸ ਹੋਵੇ ਹੁਣ ਕਾਲੀ ਵਹੀਂ ਵਾਲੀ ਸਾਖੀ ਤੁਸੀਂ ਸਾਰਿਆਂ ਨੇ ਸੁਣੀ ਹੋਏਗੀ ਇਹਨੂੰ ਮੈਂ ਸਾਇੰਸ ਦੇ ਤਰੀਕੇ ਨਾਲ ਕਿਦਾਂ ਦੇਖਦਾ ਕਿ ਸੋਚੋ ਇੱਕ ਆਮ ਬੰਦਾ 3 ਦਿਨ ਰਿਵਰ ਦੇ ਵਿੱਚ ਰਵੇ ਨਦੀ ਦੇ ਵਿੱਚ ਰਹੇ ਤੇ ਪੋਸੀਬਲ ਨਹੀਂ ਜਿੰਦਾ ਰਹਿਣਾ ਬਟ ਬਾਬਾ ਨਾਨਕ ਵਾਟ ਇਫ ਕਿ ਉਹਨਾਂ ਨੇ ਇੱਕ ਵਾਰਮ ਹੋਲ ਕ੍ਰੀਏਟ ਕੀਤਾ ਉਹਨਾਂ ਨੇ ਸਪੇਸ ਨੂੰ ਬੈਂਡ ਕੀਤਾ ਇੱਥੋਂ ਰਿਵਰ ਦੇ ਅੰਦਰ ਗਏ ਬਟ ਐਗਜ਼ਿਟ ਉਹਨਾਂ ਨੇ ਕਿਸੇ ਹੋਰ ਇਨ ਜਗ੍ਹਾ ਤੇ ਯੂਨੀਵਰਸ ਦੇ ਵਿੱਚ ਕੀਤਾ ਨੰਬਰ 1 ਨੰਬਰ 2 ਮੈਂ ਮੈਂਸ਼ਨ ਕੀਤਾ ਸੀ ਪਹਿਲਾਂ ਕਿ ਹਰ ਜਗ੍ਹਾ ਤੇ ਟਾਈਮ ਅਲੱਗ-ਅਲੱਗ ਚੱਲ ਰਿਹਾ ਹੋ ਸਕਦਾ ਹੈ ਧਰਤੀ ਤੇ 100 ਸਾਲ ਬੀਤਣ ਤੇ ਕਿਸੇ ਹੋਰ ਪਲੈਨਟ ਤੇ ਇੱਕ ਦਿਨ ਹੀ ਹੋਵੇ ਜਾਂ ਇੱਥੇ ਇੱਕ ਦਿਨ ਹੋਵੇ ਕਿਸੇ ਹੋਰ ਪਲੈਨਟ ਤੇ 100 ਸਾਲ ਬੀਤਣ ਵਾਟ ਇਫ ਕਿ ਜਿੱਥੇ ਬਾਬਾ ਨਾਨਕ ਪਹੁੰਚਿਆ ਉਥੇ ਟਾਈਮ ਬਹੁਤ ਤੇਜ਼ ਸੀ ਹੁਣ ਇੱਥੇ 3 ਦਿਨ ਗਏ ਤੇ ਉਹ ਦੂਜੀ ਜਗ੍ਹਾ ਤੇ ਬਾਬੇ ਨਾਨਕ ਨੇ ਹਜ਼ਾਰਾਂ ਸਾਲ ਜਾਂ 100 ਸਾਲ ਸੈਂਕੜੇ ਸਾਲ ਕੁਝ ਮਹੀਨੇ ਸਪੈਂਡ ਕੀਤੇ ਉਥੋਂ ਦੀ ਨੌਲੇਜ ਇਕੱਠੀ ਕੀਤੀ ਫਿਰ ਵਾਪਸ ਆਉਂਦੇ ਤਾਂ ਇੱਥੇ 3 ਦਿਨ ਹੀ ਹੋਏ ਹੁੰਦੇ ਨੇ ਤੇ ਫਿਰ ਉਹ ਚਾਰਨ ਕਰਦੇ ਨੇ ਕਿ ਨਾ ਕੋਈ Hindu ਨਾ ਕੋਈ ਮੁਸਲਮਾਨ ਇੱਥੇ ਮੈਨੂੰ ਲੱਗਦਾ ਹੈ ਕਿ ਬਾਬੇ ਨਾਨਕ ਨੇ ਵਾਰਮ ਹੋਲ ਕ੍ਰੀਏਟ ਕਰਕੇ ਟਾਈਮ ਟਰੈਵਲ ਕੀਤਾ ਹੋਰ ਵੀ ਗੌਤਮ ਬੁੱਧੀਆਂ ਵੀ ਮੇਰੇ ਕੋਲ ਐਗਜ਼ਾਮਪਲਸ ਨੇ ਉਹ ਮੈਂ ਜ਼ਿਆਦਾ ਮੈਂਸ਼ਨ ਨਹੀਂ ਕਰਾਂਗਾ Hinduism ਚ ਇਦਾਂ ਦੀ ਐਗਜ਼ਾਮਪਲਸ ਨੇ ਜਿੱਥੇ ਮੈਨੂੰ ਲੱਗਦਾ ਕਿ ਟਾਈਮ ਟਰੈਵਲ ਹੋਇਆ ਹੁਣ ਆਉਂਦੇ ਆ ਐਲੀਅਨਸ ਦੇ ਉੱਤੇ एलियंस ਜਦੋਂ ਆਪਾਂ ਦੇਖਦੇ ਆ ਨਾ ਲਗਭਗ ਉਹ ਆਪਣੇ ਵਰਗੇ ਲੱਗਦੇ ਨੇ ਉਹਨਾਂ ਦੀਆਂ ਵੀ ਦੋ ਅੱਖਾਂ ਨੇ ਸਿਰ ਨੇ ਹੱਥ ਨੇ ਪੈਰ ਨੇ ਜਿੰਨੇ ਵੀ ਲੋਕਾਂ ਨੇ ਉਹਨਾਂ ਨੂੰ ਦੇਖਿਆ ਜੇ ਤੁਸੀਂ ਇੰਟਰਨੈਟ ਤੇ ਦੇਖੋ ਤੇ ਉਹ ਮੈਂਸ਼ਨ ਕਰਦੇ ਨੇ ਕਿ ਉਹ ਨਿੱਕੇ ਨਿੱਕੇ ਨੇ ਬਟ ਉਹਨਾਂ ਦੇ ਵੀ ਹੱਥ ਨੇ ਪੈਰ ਨੇ ਦੋ ਅੱਖਾਂ ਨੇ ਹੁਣ ਮੈਂ ਜਦੋਂ एलियंस ਬਾਰੇ ਸੋਚਦਾ ਹਾਂ ਆਪਣੇ ਆਸ-ਪਾਸ ਜਿੰਨੇ ਵੀ ਪਲੈਨਟ ਨੇ ਉਹਨਾਂ ਤੇ ਜੀਵਨ ਨਹੀਂ ਤੇ ਜੀਵਨ ਹੋਏਗਾ ਬਹੁਤ ਦੂਰ ਯੂਨੀਵਰਸ ਦੇ ਵਿੱਚ ਜੋ ਆਪਣੇ ਤੋਂ प्लेनेट्स में बहुत दूर जीवन होएगा तो की पॉसिबिलिटी है कि ओ सारे जीव भी हड्डियां दे बने होण या मांस दे बने होण पॉसिबिलिटी बहुत ਘੱਟ ਹੈ ਹੋ ਸਕਦਾ ਉਹ ਕਾਗਜ਼ ਦੇ ਬਨੇ ਹੋਣ ਜਾਂ ਮੈਟਲ ਦੇ ਬਨੇ ਹੋਣ ਜਾਂ ਉਹਨਾਂ ਦੀ ਫਿਜ਼ੀਕਲ ਬੋਡੀ ਹੋਏ ਹੀ ਨਾ ਪੋਸਿਬਲ ਹੈ ਤੇ ਉਹਨਾਂ ਦਾ ਵੀ ਮਾਸ ਦਾ ਹੋਣਾ ਹੱਡੀਆਂ ਜਾਂ ਮੀਟ ਦਾ ਹੋਣਾ ਇਹਦੀ ਪੋਸਿਬਿਲਿਟੀ ਬਹੁਤ ਘੱਟ ਹੈ ਨੰਬਰ 1 ਨੰਬਰ 2 ਇੱਥੇ ਧਰਤੀ ਦੇ ਉੱਤੇ ਬਾਂਦਰ ਪ੍ਰਧਾਨ ਹੈ ਬਾਂਦਰ ਤੋਂ ਬੰਦਾ ਬਣਿਆ ਤੇ ਦੂਜੇ ਪਲੈਨਟ ਤੇ ਸੋਚੋ ਕਿ ਉਹ ਵੀ ਹੱਡੀਆਂ ਦੇ ਜਾਂ ਮਾਸ ਦੇ ਬਣੇ ਨੇ ਕੀ ਪੋਸਿਬਿਲਿਟੀ ਹੈ ਕਿ ਉੱਥੇ ਵੀ ਬਾਂਦਰ ਹੀ ਪ੍ਰਧਾਨ ਹੋਵੇ ਹੋ ਸਕਦਾ ਉੱਥੇ ਹਾਥੀ ਪ੍ਰਧਾਨ ਹੋਵੇ ਜਾਂ ਸ਼ੇਰ ਪ੍ਰਧਾਨ ਹੋਵੇ ਜਾਂ ਕੁੱਤਾ ਪ੍ਰਧਾਨ ਹੋਵੇ ਬਾਂਦਰ ਦਾ ਪ੍ਰਧਾਨ ਹੋਣਾ ਉੱਥੇ ਪੋਸਿਬਿਲਿਟੀ ਉਹਦੀ ਵੀ ਬੜੀ ਘੱਟ ਹੈ ਹੁਣ ਇਹਨਾਂ ਦੋਹਾਂ ਚੀਜ਼ਾਂ ਨੂੰ ਆਪਾਂ ਸਾਈਡ ਤੇ ਰੱਖੀਏ ਅੱਜ ਜੇ ਆਪਾਂ ਈਵੋਲੂਸ਼ਨ ਨੂੰ ਪੜੀਏ ਆਪਣਾ ਦਿਮਾਗ ਕਿਸੇ ਟਾਈਮ ਬੜਾ ਛੋਟਾ ਹੋਇਆ ਕਰਦਾ ਸੀ ਤੇ ਮਸਲ ਆਪਣੇ ਬਹੁਤ ਤਗੜੇ ਹੋਇਆ ਕਰਦੇ ਸੀ ਜੇ ਹੁਣ ਚਿੰਪੈਂਜ਼ੀਜ਼ ਦੇਖੀਏ ਬਹੁਤ ਤਗੜੇ ਮਸਲ ਪਰ ਦਿਮਾਗ ਬੜਾ ਛੋਟਾ ਹੌਲੀ-ਹੌਲੀ ਦਿਮਾਗ ਦੀ ਵਰਤੋਂ ਬਹੁਤ ਜ਼ਿਆਦੀ ਹੋ ਗਈ ਤੇ ਮਸਲਸ ਦੀ ਬਹੁਤ ਘਟ ਆਪਾਂ ਮਸਲਸ ਹੁਣ ਬਹੁਤ ਘੱਟ ਯੂਜ਼ ਕਰਦੇ ਆ ਤੇ ਫਿਊਚਰ 'ਚ ਇਦਾਂ ਹੀ ਚੱਲਦਾ ਰਿਹਾ ਤੇ ਫਿਊਚਰ 'ਚ ਮਸ਼ੀਨਾਂ ਆਪਣੇ ਸਾਰੇ ਕੰਮ ਕਰਨਗੇ ਤੇ ਸ਼ਾਇਦ ਆਪਾਂ ਮਸਲ ਵੀ ਮੂਵ ਨਾ ਕਰੀਏ ਸਿਰਫ ਦਿਮਾਗ ਤੇ ਅੱਖਾਂ ਦੀ ਹੀ ਆਪਾਂ ਨੂੰ ਲੋੜ ਪੈਗੀ ਜੇ ਨਿਊਰੋਲਿੰਕ ਇੰਪਲੀਮੈਂਟ ਹੋ ਗਿਆ ਤੇ ਸ਼ਾਇਦ ਬੋਲਣ ਦੀ ਵੀ ਲੋੜ ਜਾਂ ਸੁਣਨ ਦੀ ਲੋੜ ਆਪਾਂ ਨਾ ਪਾਏ ਹਰੇਕ ਚੀਜ਼ ਆਪਾਂ ਸਿਗਨਲਸ ਨਾਲ ਕਮਿਊਨੀਕੇਟ ਕਰਾਂਗੇ ਫਿਰ ਮੈਂ ਕਹਾਂ ਸਿਰਫ ਅੱਖਾਂ ਤੇ ਦਿਮਾਗ ਦਾ ਹੀ ਪ੍ਰਯੋਗ ਹੋਏਗਾ ਤੇ ਜੇ ਅੱਖਾਂ ਤੇ ਦਿਮਾਗ ਦਾ ਹੀ ਪ੍ਰਯੋਗ ਹੋਇਆ ਤੇ ਇਹੀ ਚੀਜ਼ਾਂ ਵੱਡੀਆਂ ਹੋਣਗੀਆਂ ਹਰ ਚੀਜ਼ ਛੋਟੀ ਹੁੰਦੀ ਜਾਏਗੀ ਰਾਈਟ ਤੇ ਜੇ ਹੁਣ ਮੈਂ ਏਲੀਅਨਸ ਨੂੰ ਦੇਖਾਂ ਕੀ ਪੋਸਿਬਿਲਿਟੀ ਹੈ ਕਿ ਫਿਊਚਰ ਦੇ ਵਿੱਚ ਆਪਾਂ ਉਹਨਾਂ ਵਰਗੇ ਲੱਗੀਏ ਤੇ ਕੀ ਪੋਸਿਬਿਲਿਟੀ ਹੈ ਕਿ ਜੋ એલियंस ਨੇ ਉਹ ਆਪਾਂ ਹੀ ਆ ਫਿਊਚਰ ਦੇ ਵਿੱਚੋਂ ਹੁਣ ਜੋ ਆਪਾਂ એલियंस ਦੇਖਦੇ ਆ ਨਾ ਬਹੁਤ ਜਾਣੇ ਕਹਿੰਦੇ ਨੇ ਕਿ ਉਹਨਾਂ ਨੇ ਦੇਖੇ ਬਟ એલियंस ਇੰਟਰੈਕਟ ਨਹੀਂ ਕਰਦੇ ਆਪਣੇ ਨਾਲ ਆਪਣੇ ਨਾਲ ਗੱਲਬਾਤ ਨਹੀਂ ਕਰਦੇ ਕਿਉਂ ਨਹੀਂ ਕਰਦੇ ਇੱਕ ਚੀਜ਼ ਮੈਂ ਮੈਂਸ਼ਨ ਕੀਤੀ ਸੀ ਗ੍ਰੈਂਡਫਾਦਰ ਪੈਰਾਡੌਕਸ ਕਿ ਜੇ ਤੁਸੀਂ ਪਾਸਟ ਦੇ ਵਿੱਚ ਗਏ ਤੁਸੀਂ ਸਿਰਫ ਆਬਜ਼ਰਵ ਕਰ ਸਕਦੇ ਹੋ ਬਟ ਕੋਈ ਵੀ ਚੀਜ਼ ਨਾਲ ਇੰਟਰੈਕਟ ਨਹੀਂ ਕਰ ਸਕਦੇ ਕਿਉਂਕਿ ਇੰਟਰੈਕਸ਼ਨ ਫਿਊਚਰ ਇਹ ਪ੍ਰੈਸੈਂਟ ਚੇਂਜ ਕਰ ਸਕਦੀ ਹੈ ਉਹ ਬੰਦੇ ਜੋ ਫਿਊਚਰ ਦੇ ਵਿੱਚੋਂ ਆਏ ਉਹ ਸਿਰਫ ਆਪਾਂ ਨੂੰ ਆਬਜ਼ਰਵ ਕਰ ਰਹੇ ਨੇ ਉਹ ਆਪਣੇ ਨਾਲ ਚਾਹੁੰਦੇ ਹੋਏ ਵੀ ਇੰਟਰੈਕਟ ਨਹੀਂ ਕਰ پا ਰਹੇ ਪੋਸਿਬਿਲਟੀ ਹੈ ਯੈਸ ਆਬਵੀਅਸਲੀ ਜੋ ਵੀ ਚੀਜ਼ਾਂ ਮੈਂਸ਼ਨ ਕੀਤੀਆਂ ਦੂਜੇ ਪਲੈਨਟ ਤੇ ਵੀਨ ਕੁੱਤਾ ਪ੍ਰਧਾਨ ਹੋਣਾ ਜਾਂ ਬਾਂਦਰ ਪ੍ਰਧਾਨ ਹੋਣਾ ਜੇ ਸਾਰਿਆਂ ਨੂੰ ਤੁਸੀਂ ਕੰਬਾਈਨ ਕਰੋ ਕਿਤੇ ਨਾ ਕਿਤੇ ਪੋਸਿਬਿਲਟੀ ਇਹ ਲੱਗਦੀ ਹੈ ਕਿ ਜੋ ਏਲੀਅਨਸ ਨੇ ਉਹ ਆਪਾਂ ਹੀ ਆ ਫਿਊਚਰ ਦੇ ਵਿੱਚੋਂ ਤੇ ਇਹ ਵੀ ਇੱਕ एग्जांपल ਮੈਨੂੰ ਲੱਗਦੀ ਏ ਟਾਈਮ ਟ੍ਰੈਵਲ ਦੀ ਕਿ ਉਹ ਫਿਊਚਰ ਦੇ ਵਿੱਚੋਂ ਪਾਸ ਦੇ ਵਿੱਚ ਆਵੇ ਟਾਈਮ ਮਸ਼ੀਨ ਫਿਰ ਮਗਾਵਾ ਹੁਣ ਤੇ ਆਪਾਂ ਨੂੰ ਇੰਪੋਸੀਬਲ ਲੱਗ ਰਹੀ ਹੈ ਬਟ ਬਹੁਤ ਜ਼ਿਆਦਾ ਐਸਟੈਬਲਿਸ਼ਮੈਂਟਸ ਬਹੁਤ ਜ਼ਿਆਦਾ ਸਾਇੰਟਿਸਟ ਇੱਥੇ ਕੰਮ ਕਰ ਰਹੇ ਨੇ ਹੋ ਸਕਦਾ 1 ਸਾਲ ਦੇ ਵਿੱਚ ਹੋ ਸਕਦਾ 10 ਸਾਲ ਦੇ ਵਿੱਚ ਹੋ ਸਕਦਾ 100 ਸਾਲ ਦੇ ਵਿੱਚ ਬਟ ਟਾਈਮ ਮਸ਼ੀਨ ਇੱਕ ਨਾ ਇੱਕ ਦਿਨ ਪੋਸੀਬਲ ਜ਼ਰੂਰ ਹੋਏਗੀ ਤੇ ਇਹ ਵੀ ਹੋ ਸਕਦਾ ਏਰੀਆ 51 ਦੇ ਵਿੱਚ ਟਾਈਮ ਮਸ਼ੀਨ ਪਈ ਹੀ ਹੋਵੇ ਕਿਉਂ ਨਹੀਂ ਏ ਸੀ ਆਈ ਦਾ ਐਪੀਸੋਡ ਆਈ ਹੋਪਸ ਆਰੇਨ ਨੂੰ ਵਧੀਆ ਲੱਗਿਆ ਹੋਵੇਗਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਰਾਂਗੇ ਹੁਣ ਮਿਲਦੇ ਆਪਾਂ ਅਗਲੇ ਐਪੀਸੋਡ ਚ ਮੈਂ ਤੁਹਾਡਾ ਆਪਣਾ ਕਾਕਾ ਬਲੀ ਨਾਮ ਮਰਾ ਗੰਗਦੀਪ ਸਿੰਘ ਸਸਰੀਆਕਾਰ